ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਭਰਾ ਮੇਰੇ ਆਪਾਂ ਥੋੜ੍ਹੀ ਗੱਲ ਕਰਨੀ ਜਿਹੜੀ ਬਹੁਤ ਦਿਨ ਤੋਂ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ ਉਹਦੇ ਬਾਰੇ ਆਪਾਂ ਗੱਲ ਕਰਨੀ ਸੀਗੀ ਐਲੀ ਮੰਗਟ ਵੀਰ ਬਾਰੇ ਠੀਕ ਆ ਉਹ ਥੋੜ੍ਹਾ ਜਿਹਾ ਬਹੁਤ ਆਪਾਂ ਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਉੱਤੇ ਗੁੱਸਾ ਆਇਆ ਕਿ ਉਹਨੇ ਬਹੁਤ ਗਲਤ ਬੋਲਿਆ ਕਿ ਹਾਂ ਉਹਨੇ ਇੱਕੋ ਗੱਲ ਕਹੀ ਸੀਗੀ ਜਿਸ ਗੱਲ ਦਾ ਮੈਨੂੰ ਉਹਨਾਂ ਗੁੱਸਾ ਆਇਆ ਆਪਾਂ ਉਹ ਗੱਲ ਸ਼ੇਅਰ ਕਰਨੀ ਚਾਹੁੰਦੇ ਹਾਂ ਕਿ ਉਹਨੇ ਇੱਕੋ ਗੱਲ ਕਹੀ ਸੀ ਕਿ ਇਹ ਬੰਦੇ ਆਪਣੇ ਬੁੜੇ ਦੇ ਸਿਰ ਤੇ ਪਹਿਲੀ ਤਾਂ ਲੈਂਗੁਏਜ ਜੇ ਆਪਾਂ ਆਪਣੇ ਮਾਂ ਪਿਓ ਨੂੰ ਇੱਜ਼ਤ ਨਹੀਂ ਦੇ ਸਕਦੇ ਹੈ ਨਾ ਕਿਸੇ ਹੋਰ ਦੇ ਜਿਹੜਾ ਬਜ਼ੁਰਗ ਆ ਉਹਨੂੰ ਇੱਜ਼ਤ ਦੇਣੀ ਪਹਿਲਾ ਫਰਜ਼ ਬਣਦਾ ਆ ਦੂਜੀ ਗੱਲ ਅੱਜ ਮੈਂ ਆ ਜਿੱਥੇ ਵੀ ਬੈਠਾ ਆ ਚਾਹੇ ਜੋ ਮਰਜ਼ੀ ਕਰਦਾ ਆ ਠੀਕ ਆ ਮੈਂ ਆਪਣੇ ਮਾਂ ਪਿਓ ਦੇ ਸਿਰ ਤੇ ਆ ਵੀਰੇ ਤੂੰ ਇੱਥੇ ਤੱਕ ਪਹੁੰਚਾ ਆ ਤੂੰ ਗਾਲੇ ਕੱਢੇ ਠੀਕ ਆ 100 ਵਾਰ ਕੱਢੇ ਠੀਕ ਹੈ ਭਾਈ ਤੇਰੀ ਤੂੰ ਹਾਰਡ ਵਰਕ ਕੀਤਾ ਅਸੀਂ ਮੰਨਦੇ ਹਾਂ ਪਰ ਸਟਾਰਟਿੰਗ ਤੇਰੀ ਤੇਰੇ ਫਾਦਰ ਸਾਹਿਬ ਤੋਂ ਹੋਈ ਆ ਠੀਕ ਆ ਤੂੰ ਦੂਸਰਿਆਂ ਦੇ ਫਾਦਰ ਨੂੰ ਆਪਣਾ ਬੁੜਾ ਕਹਿੰਦਾ ਹੈ ਨਾ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇਈਂ ਰਿਪਲਾਈ ਕਰਕੇ ਮੇਰਾ ਨਾਂ ਜਸਵੀਰ ਆ ਠੀਕ ਹੈ ਇੱਕ ਗੱਲ ਦਾ ਮੈਨੂੰ ਰਿਪਲਾਈ ਦੇਈਂ ਕਿ ਤੂੰ ਸਟਾਰਟਿੰਗ ਕੇਸ ਇਨਸਾਨ ਤੋਂ ਕੀਤੀ ਸੀ ਵੀਰੇ ਕੋਈ ਵੀ ਉੱਪਰੋਂ ਲੈ ਕੇ ਨਹੀਂ ਆਉਂਦਾ ਪਰਮਾਤਮਾ ਸਿਰਫ ਜਨਮ ਦਿੰਦਾ ਆ ਠੀਕ ਹੈ ਆਪਣਾ ਮਾਂ ਪੇ ਆ ਜਿਹੜਾ ਆਪਾਂ ਨੂੰ ਸਪੋਰਟ ਕਰਦਾ ਆ ਆਪਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਾ ਮੌਕਾ ਦਿੰਦਾ ਆ ਠੀਕ ਹੈ ਆਪਣੇ ਸਾਰੇ ਵੀਰ ਆ ਇਸ ਵੀਡੀਓ ਬਾਰੇ ਆਪਾਂ ਇਸ ਗੱਲ ਬਾਰੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਨਾ ਚਾਹੁੰਦੇ ਸੀਗੇ ਬਾਕੀ ਵੀਰੇ ਤੂੰ ਇੱਕੋ ਗੱਲ ਕਹੀ ਸੀ ਕਿ ਉਹ ਸ਼ੇਰ ਗਿੱਲ ਬਾਈ ਹੋਣੀ 0-300 ਵਾਲੇ ਕਿ ਫੋਨ ਨਹੀਂ ਚੱਕਦੇ ਠੀਕ ਹੈ ਵੀਰੇ ਉਹ ਮੇਰਾ ਵੱਡਾ ਬ੍ਰਦਰ ਆ ਠੀਕ ਹੈ ਤੇਰੇ ਸਾਹਮਣੇ ਮੈਂ ਕਾਲ ਲਾਉਣ ਲੱਗਾ ਆ ਵੀਡੀਓ ਕਾਲ ਕਰੂੰਗਾ ਠੀਕ ਹੈ ਦੇਖਦਾ ਕੌਣ ਪਿੱਕ ਨਹੀਂ ਕਰਦਾ ਬਾਕੀ ਨਾਲੇ ਯਾਰ ਤੂੰ ਮੋਟਰਾਂ ਦੀ ਗੱਲ ਕਹੀ ਜਾਂਦਾ ਵਾ ਮੋਟਰਾਂ ਦੇ ਸਾਰੇ ਬੰਦੇ ਇਹ ਥੋੜੀ ਆ ਵੀ ਕੋਈ ਚਿੱਟਾ ਹੀ ਪੀਂਦੇ ਜਾ ਕੇ ਠੀਕ ਆ ਤੂੰ ਚਿੱਟਾ ਪੀ ਕੇ ਇੱਥੇ ਜਾ ਕੇ ਵੱਡਾ ਹੋ ਕੇ ਬਹਿ ਗਿਆ ਸੀਗਾ ਤੂੰ ਬਾਹਰ ਜਾ ਗਿਆ ਵਾ ਠੀਕ ਆ ਸਾਰੇ ਕੰਮ ਕਰਨ ਆਏ ਨੇ ਕੰਮ ਹੀ ਕਰਦੇ ਆ ਬੰਦੇ ਅਸੀਂ ਵੀ ਕੰਮ ਕਰਦੇ ਆ ਨਹੀਂ ਹਵਾ ਨਾ ਕਰਿਆ ਕਰ ਤੇਰੇ ਸਾਹਮਣੇ ਕਾਲ ਜਾ ਰਹੀ ਹੈ ਵੀਡੀਓ ਕਾਲ ਐਲੇ ਮਾੜਾ ਕੀਤਾ ਬਈ ਤੂੰ ਫੈਨ ਸੀਗੇ ਤੇਰੇ ਆਪਾਂ ਆ ਵੀਡੀਓ ਆਪਣੇ ਸਾਹਮਣੇ ਇਹ ਪਿੰਦਾ ਬਾਈ ਆ ਸ਼ੇਰ ਗਿੱਲ ਭਾਈ 0003 ਵਾਲਾ ਦੇਖ ਲਾ ਕਿਤੋਂ ਆਉਂਦਾ ਹੈ ਸਪੀਕਰ ਆਨ ਕਰਦੇ ਠੀਕ ਹੈ ਇਹ ਆਪਣਾ ਬਾਈ ਆ ਹਾਂ ਭਾਜੀ ਮੇਰੀ ਗੱਲ ਸੁਣ ਐਲੀ ਮੰਗਣ ਨੇ ਆਪਾਂ ਬੋਲ ਸੀਗੇ ਲਾਈਵ ਠੀਕ ਹੈ ਐਲੀ ਮੰਗਣ ਨੇ ਇੱਕ ਗੱਲ ਕਹੀ ਸੀ ਕਿ ਉਹ ਬੰਦੇ ਫੋਨ ਨਹੀਂ ਚੱਕਦੇ ਠੀਕ ਹੈ ਇੱਧਰ ਆਪਣੀ ਵੀਡੀਓ ਚੱਲਦੀ ਪਈ ਆ ਕੋਲੇ ਯਾਰ ਤੇ ਵੀਡੀਓ ਠੀਕ ਹੈ ਆਹ ਦੇ ਵੀਡੀਓ ਚੱਲਦੀ ਪਈ ਆ ਆਪਾਂ ਸਿੱਧੀ ਕਾਲ ਕੀਤੀ ਆ ਵੀ ਦੇਖਦੇ ਆ ਕੌਣ ਇਨਸਾਨ ਫੋਨ ਨਹੀਂ ਚੱਕਦਾ ਠੀਕ ਹੈ ਜੀ ਆ ਮੇਰੀ ਮਾਸੀ ਦਾ ਮੁੰਡਾ ਜੀ ਇਹਨੇ ਓਪਰੇ ਨੰਬਰ ਤੋਂ ਹੀ ਫੋਨ ਕੀਤਾ ਸੀ ਹੁਣ ਜਸਵੀਰ ਮੈਂ ਤਾਂ ਹੁਣ ਦੇਖਿਆ ਜੀ ਓਪਰੇ ਨੰਬਰ ਤੋਂ ਹੀ ਫੋਨ ਕੀਤਾ ਆਪਾਂ ਤਾਂ ਪਹਿਲੀ ਵਾਰ ਚੱਕ ਲਿਆ ਜੀ ਬਾਕੀ ਦੱਸੋ ਮੇਰੇ ਕਿਸੇ ਭਰਾ ਦਾ ਫੋਨ ਨਹੀਂ ਚੱਕਿਆ ਤਾਂ ਐਲੀ ਸੁਣ ਲਈ ਗੱਲ ਐਲੀ ਗੱਲ ਧਿਆਨ ਨਾਲ ਸੁਣ ਲਾ ਤੂੰ ਕਹਿੰਦਾ ਸੀ ਨਾ ਕਿ ਨੰਬਰ ਚੁੱਕਦੇ ਨਹੀਂ ਆ ਆਪਣਾ ਆ ਰਿਹਾ ਫੋਨ ਓਪਰੇ ਨੰਬਰ ਤੋਂ ਚੁੱਕਿਆ ਵਾ ਠੀਕ ਹੈ ਨਾ ਮੈਂ ਜਾਣ ਬੁੱਝ ਕੇ ਓਪਰੇ ਨੰਬਰ ਤੋਂ ਆਪਣਾ ਜਿਹੜਾ ਅਨਨੋਨ ਨੰਬਰ ਸੀਗਾ ਜਿਹੜਾ ਮੇਰੇ ਵੀਰਾਂ ਤੋਂ ਹੈ ਨਹੀਂ ਸੀਗਾ ਉਹ ਤੋਂ ਕਾਲ ਕੀਤੀ ਆ ਕਿ ਤੈਨੂੰ ਇਸ ਚੀਜ਼ ਦਾ ਅਹਿਸਾਸ ਹੋਵੇ ਕਿ ਤੂੰ ਕਹਿੰਦਾ ਸੀ ਨਾ ਕਿ ਕਾਲ ਨਹੀਂ ਪਿੱਕ ਕਰਦੇ ਵੀਰੇ ਇੰਨੇ ਮਾੜੇ ਨਹੀਂ ਹੈਗੇ ਅਸੀਂ ਠੀਕ ਹੈ ਬਾਹਰ ਆਏ ਹਾਂ ਚਾਹੇ ਹਾਰਡ ਵਰਕ ਕਰਦੇ ਹਾਂ ਪਰ ਤੇਰੇ ਅੱਗੇ ਫੁਕਰੀ ਨਹੀਂ ਮਾਰਦੇ ਵੀਰ ਸਹੀ ਗੱਲ ਆ ਵੀਰੇ ਠੀਕ ਹੈ ਨਾ ਆਪੇ ਤੂੰ ਅੰਦਾਜ਼ਾ ਲਾ ਲਈ ਕਿ ਕਿਹੜੇ ਫਲੋਰ ਤੇ ਬੈਠੇ ਆ ਸਾਨੂੰ ਫੁਕਰੀ ਨੀ ਮਾਰਨੀ ਹੁੰਦੀ ਕਿ ਆਪਾਂ 34 ਦੇ ਬੈਠੇ ਆ ਜਾਂ 36 ਦੇ ਬੈਠੇ ਆ 40 ਦੇ ਬੈਠੇ ਆ ਮਿਹਨਤ ਦਾ ਖਾਣੇ ਆਪਾਂ ਠੀਕ ਹੈ ਨਾ ਆਪਣੀ ਕਮਾਈ ਕਰਕੇ ਆਪਣੇ ਪੈਰਾਂ ਤੇ ਖਾਂਦੇ ਆ ਠੀਕ ਹੈ ਵੀਰੇ ਤੂੰ ਪਹੁੰਚਾ ਸੀ ਨਾ ਸਟਾਰਟਿੰਗ ਮੈਨੂੰ ਰਿਪਲਾਈ ਕਰੀ ਜੇ ਤੇਰੇ ਪੈਰਾਂ 'ਚ ਦਮ ਹੋਊਗਾ ਕਿ ਤੂੰ ਸਟਾਰਟਿੰਗ ਕਿਹਤੋਂ ਕੀਤੀ ਸੀ ਤੂੰ ਬੁੜੇ ਦੀ ਗੱਲ ਕੀਤੀ ਸੀ ਨਾ ਕਿਸੇ ਨੂੰ ਇੱਜ਼ਤ ਨਹੀਂ ਦੇ ਸਕਦਾ ਆਪਣੇ ਮਾਂ ਬਾਪ ਨੂੰ ਤਾਂ ਤੂੰ ਕੀ ਦੇਣੀ ਆ ਨਾ ਕਿਸੇ ਦੇ ਨੂੰ ਜ਼ਰੂਰ ਦੇਈਦੀ ਆ ਸਾਡੇ ਫਾਦਰ ਸਾਹਿਬ ਆ ਅਸੀਂ ਬਾਪੂ ਜੀ ਕਹਿ ਕੇ ਬੁਲਾਈਦਾ ਉਸ ਇਨਸਾਨ ਨੂੰ ਠੀਕ ਹੈ ਉਹਨਾਂ ਦੇ ਸਿਰ ਤੇ ਬੈਠੇ ਹਾਂ ਅਸੀਂ ਅੱਜ ਇੱਥੇ ਜੇ ਉਹ ਸਾਨੂੰ ਸਪੋਰਟ ਨਾ ਕਰਦੇ ਨਾ ਅਸੀਂ ਦਿਹਾੜੀਆਂ ਕਰਦੇ ਹੁੰਦੇ ਸਹੀ ਗਿਆ ਵੀਰੇ ਇੰਡੀਆ ਦੇ ਵਿੱਚ ਭਾਈ ਦੱਸ ਸਹੀ ਗੱਲ ਕਹੀ ਕਿ ਨਹੀਂ ਕਹੀ ਗਈ ਠੀਕ ਹੈ ਵੀਰੇ ਤੇ ਦੂਸਰੀ ਗੱਲ ਵੀਰ ਮੈਂ ਤੈਨੂੰ ਇੱਕ ਕਰਨਾ ਚਾਹੁੰਦਾ ਵਾ ਠੀਕ ਹੈ ਮੇਰੀ ਗੱਲ ਸੁਣ ਤੁਸੀਂ ਇੱਧਰ ਕਰ ਵੀਰ ਨੂੰ ਪਿੰਦੇ ਵੀਰ ਦੂਸਰੀ ਗੱਲ ਮੈਂ ਤੇਰੇ ਨਾਲ ਇਹ ਕਰਨਾ ਚਾਹੁੰਦਾ ਵੀਰ ਤੂੰ ਰੱਬ ਨੂੰ ਟੱਬ ਦੱਸੀ ਆ ਨਾ ਬਾਰ ਬਾਰ ਮੈਨੂੰ ਪਤਾ ਨਹੀਂ ਨਛੱਤਰ ਨੇ ਕਿਹਾ ਕਿ ਨਹੀਂ ਗਾ ਮੈਂ ਨਛੱਤਰ ਦੀ ਸਪੋਰਟ ਨਹੀਂ ਕਰਦਾ ਉਹਦੀ ਉਮਰ ਛੋਟੀ ਆ ਜੇ ਪੰਜਾਬ 'ਚ ਬਹੁਤ ਟੈਲੈਂਟ ਆ ਠੀਕ ਹੈ ਨਾ ਬਾਕੀ ਕਿਸੇ ਦੀ ਕਿਸਮਤ ਆ ਕਿਸੇ ਕੋਲ ਪੈਸਾ ਨਹੀਂ ਹੈਗਾ ਬਾਕੀ ਇੱਕ ਗੱਲ ਤੂੰ ਮਾੜੀ ਕੀਤੀ ਆ ਲੋਕਾਂ ਨੇ ਵੀਡੀਓ ਪਾਈ ਕਿਸੇ ਹੋਰ ਨੂੰ ਬੋਲ ਲੈਂਦਾ ਇਹਨੂੰ ਪਤਾ ਲੱਗ ਗਿਆ ਨਛੱਤਰ
ਬਸ ਬਸ ਪੀਂਦੇ ਵੀਰੇ ਬਸ ਇਸੇ ਗੱਲ ਕੀ ਆ। ਉਸ ਤੋਂ ਬਾਅਦ ਇਹਨੇ ਮੁੱਦਾ ਬਣਾਇਆ ਬੀਤ ਬਲਜੀਤ ਦਾ, ਠੀਕ ਹੈ ਨਾ। ਮੈਂ ਉਹ ਬੰਦੇ ਨੂੰ ਪੇਜ ਤੋਂ ਸ਼ੁਰੂ ਤੋਂ ਫੋਲੋ ਕਰਦਾ, ਉਦੋਂ ਬਾਅਦ ਕੀਤਾ ਸੀ ਮੈਂ ਐਲੀ ਨੂੰ, ਠੀਕ ਹੈ ਨਾ। ਉਹ ਬੰਦੇ ਨੇ ਅੱਜ ਤੱਕ ਕਿਸੇ ਰੋਂਗ ਬੰਦੇ ਦੀ ਵੀਡੀਓ ਨਹੀਂ ਸ਼ੇਅਰ ਕੀਤੀ ਜਿਹਨੇ ਸਪੋਰਟ ਕੀਤਾ ਆ ਅਸਲੀ ਟੈਲੈਂਟ ਨੂੰ ਕੀਤਾ ਆ, ਠੀਕ ਹੈ ਨਾ। ਉਹ ਬੰਦਾ ਸਪ੍ਰੈਗਡੀ ਚ ਪੜਿਆ ਸਾਡੇ ਨਾਲ, ਇਹ ਵੀਰ ਨਾਲ ਪੜਿਆ ਵਾ, ਸਾਡੇ ਨਾਲ ਪੜਿਆ ਉਹ। ਮੈਂ ਜਾਣਦਾ ਉਹਨੂੰ ਕੀ ਹਿਸਾਬ ਕਿਤਾਬ ਆ ਉਹਦਾ, ਠੀਕ ਹੈ ਨਾ। ਉਹਨੇ ਸਪੋਰਟ ਕੀਤਾ ਆ ਤੇ ਸਿਰਫ ਟੈਲੈਂਟ ਨੂੰ ਕੀਤਾ ਆ। ਨਾਨਕ ਸਾਹਿਬ ਜਗਰਾਉਂ ਬਾਕੀ ਤੂੰ ਕਿਦਾਂ ਕਰ ਪਿੰਦੇ ਵੀਰੇ, ਕਿਦਾਂ ਕਰਦਾ ਹੁੰਦਾ ਐ, ਕਿਦਾਂ ਕਰਦਾ ਹੁੰਦਾ ਐ, ਕਿਦਾਂ ਕਰਦਾ ਹੁੰਦਾ ਐ, ਕਰਦਾ ਹੁੰਦਾ ਐ। ਇਹ ਇੱਕ ਹੋਰ ਗੱਲ, ਇਹ ਮੈਨੂੰ ਲੱਗਦਾ ਤੂੰ ਨਹਾਉਂਦਾ ਨੀ ਹੈਗਾ, ਕਦੀ ਤੂੰ ਐ ਕਰਦਾ ਵਾ, ਕਦੀ ਐ ਕਰਦਾ ਵਾ। ਮਾਮਾ ਲੱਗਦਾ ਤੈਨੂੰ ਸ਼ਰਾਬ ਪੀ ਕੇ ਖੁਰਕ ਪੈ ਜਾਂਦੀ ਹੈ, ਠੀਕ ਹੈ ਨਾ। ਬਾਕੀ ਰਹੀ ਗੱਲ ਦੂਸਰੀ, ਮੈਂ ਗੱਲ ਕਰਨਾ ਚਾਹੁੰਦਾ ਤੇਰੇ ਨਾਲ ਯਾਰ। ਉਹ ਬੱਚਾ ਹੈ 18 ਸਾਲਾਂ ਦਾ, ਮੈਂ ਉਹਨੂੰ ਸਪੋਰਟ ਨਹੀਂ ਕਰਦਾ, ਪਰ ਤੇਰਾ ਫਰਜ਼ ਬਣਦਾ ਸੀ ਭਾਵੇਂ ਤੂੰ ਉਹਨੂੰ ਕਾਲ ਕਰਦਾ ਪਰਸਨਲੀ। ਯਾਰ ਤੂੰ TRP ਲੈਣ ਵਾਸਤੇ ਤੂੰ ਉਹਦੇ ਖਿਲਾਫ ਗਾਲਾਂ ਕੱਢ ਰਿਹਾ, ਉਹਨੂੰ ਗਾਲਾਂ ਕੱਢ ਰਿਹਾ, ਦੱਸ ਕੀ ਪਤਾ ਉਹ ਅੱਛੇ ਨਹੀਂ। ਮੇਰੀ ਗੱਲ ਸੁਣ ਧਿਆਨ ਨਾਲ, ਦੇਖ ਆਪਾਂ ਤੈਨੂੰ ਤੇਰੇ ਫੈਨ ਸੀਗੇ, ਗੱਡੀ 'ਚ ਜਦੋਂ ਵੀ ਬਹਿੰਦੇ ਸੀ ਤੇਰਾ ਗਾਣਾ ਚੱਲਦਾ ਸੀਗਾ, ਇੱਕ ਆਪਾਂ ਦਿਲੋਂ ਕਹਿੰਦੇ ਫੁਕਰੀ ਨਹੀਂ ਮਾਰਦੇ, ਚੱਲਦਾ ਸੀਗਾ ਬਸ 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 ਸੁਣ ਰਿਹਾ ਨਾ ਧਿਆਨ ਨਾ। ਬਸ ਇਹ ਗੱਲ ਤੂੰ ਸੋਚ ਕੇ ਰੱਖ, ਤੂੰ ਸੋਚ ਯਾਰ। ਦੇਖ ਤੂੰ ਭਾਵੇਂ ਜਿੱਥੇ ਮਰਜ਼ੀ ਪਹੁੰਚਿਆ, ਤੂੰ ਕਹਿੰਦਾ ਕਿ ਮੈਂ ਪਿਓ ਕੋ ਨਹੀਂ ਲੈ, ਯਾਰ ਤੇਰੇ ਪਿਓ ਨੇ ਤੈਨੂੰ ਕੈਨੇਡਾ ਬਚਾਇਆ ਯਾਰ। ਆਪਾਂ ਜਿੱਥੇ ਮਰਜ਼ੀ ਬੈਠੇ ਫੁਕਰੀ ਨਹੀਂ ਮਾਰਦੇ ਜਿੱਥੇ ਮਰਜ਼ੀ ਬੈਠੇ ਆਪਾਂ, ਸਾਡੇ ਪਿਓ ਨੇ, ਸਾਡੇ ਪਿਓ ਨੇ ਸਾਨੂੰ ਇੱਥੇ ਪਹੁੰਚਾਇਆ, ਸਾਡੇ ਮਾਂ ਪਿਓ ਨੇ ਸਾਡੇ 'ਤੇ ਪੈਸੇ ਲਾਏ ਆ। ਤੂੰ ਕਹਿੰਦਾ ਕਿਸੇ ਨੂੰ ਕਿ ਤੇਰੇ ਪਿਓ ਦੀ ਜ਼ਮੀਨ ਹੈ ਕਿਸੇ ਦੀ, ਕਿਸੇ ਦੀ। ਯਾਰ ਤੂੰ ਇੱਕ ਗੱਲ, ਤੂੰ ਭੈਣ ਕਿਤੇ ਤੂੰ ਉੱਥੋਂ ਲੈ ਗਿਆ, ਉੱਪਰੋਂ ਲੈ ਗਿਆ ਵਾ, ਉੱਪਰੋਂ ਲੈ ਗਿਆ ਤੂੰ ਪੈਸੇ। ਬਾਈ ਇੱਕੋ ਗੱਲ ਕਰੂੰਗਾ ਮੈਂ, ਸਿੱਧੀ ਗੱਲ ਆ, ਮੇਰਾ ਨਾਂ ਜਸਵੀਰ ਆ, ਰਿਪਲਾਈ ਕਰਦੀ। ਦੂਜੀ ਗੱਲ, ਤੇਨਾਂ ਇੱਕ 2 ਕਰੋੜ ਦੀ ਗੱਲ ਹੋਈ ਆ ਸਿਰਫ, ਉਹਦੇ ਤੇ ਰਿਪਲਾਈ ਦੇ, ਉਹਦੇ ਤੇ ਰਿਪਲਾਈ ਦੇ, ਸਾਨੂੰ ਰਿਪਲਾਈ ਦੇ, ਰਿਪਲਾਈ ਨਹੀਂ ਆਇਆ ਬਾਈ, ਉਹਦੇ ਤੇ ਰਿਪਲਾਈ ਨਹੀਂ ਚਾਹੀਦਾ ਬਸ। ਪਿੰਦੇ ਵੀਰੇ ਇਹ 2 ਕਰੋੜ ਦੇ ਰਿਪਲਾਈ ਦਾ ਵੇਟ ਆਪਾਂ ਵੀ ਕਰ ਰਹੇ ਆ। ਪਿੰਦੇ ਭਾਈ ਤੋਂ ਘਵਾਓ ਇਹ ਬਾਈ, ਕਹਿ ਮੜਾ ਜਾ, ਕਹਿ ਮੜਾ ਜਾ ਇਹਨੂੰ ਯਾਰ। ਨਵੀਂ ਕਰੰਸੀ ਵਾਲਾ 500 ਵਾਲੇ ਬੰਦੇ ਛੱਡ, ਪ੍ਰਾਣੀ ਲਿਆ ਤੂੰ, ਆਹ ਪ੍ਰਾਣੀ ਲਾਇਆ, ਚੱਲ ਇੰਡੀਆ ਨੂੰ ਛੱਡ ਜਿੱਥੇ ਮਰਜ਼ੀ ਦੱਸ, ਉੱਤੋਂ ਲੋਨ ਵੀ ਕਰਾ ਕੇ ਦੇਣ ਦੇ ਅਗਲੇ, ਲੋਨ ਵੀ। ਬਾਈ ਯਾਰ ਅਸੀਂ ਵੀਡੀਓ ਨੂੰ ਲੇਟ ਹੋ ਗਿਆ, ਸਿੱਧੀ ਗੱਲ ਆ, ਸਾਡੇ ਕੋਲ ਟਾਈਮ ਨਹੀਂ ਹੈਗਾ, ਸਾਡੇ ਕੋਲ ਟਾਈਮ ਨਹੀਂ ਹੈਗਾ ਵੀਰੇ। ਆਪਾਂ ਦਿਹਾੜੀਦਾਰ ਬੰਦੇ ਆ, ਹੱਕ ਦੀ ਖਾਣੇ ਆ, ਕਮਾ ਕੇ ਖਾਣੇ ਆ, ਠੀਕ ਹੈ ਨਾ। ਆਪਾਂ ਫੁਕਰੀ ਨਹੀਂ ਮਾਰਦੇ ਕਿ ਆਪਾਂ ਇੰਨੇ ਫਲੋਰ ਤੇ ਬੈਠੇ, ਉਹਨੇ ਫਲੋਰ ਤੇ ਬੈਠੇ ਆ। ਬਾਕੀ ਰਹੀ ਗੱਲ ਦੂਸਰੀ, ਆ ਮੇਰਾ ਵੀਰ ਤੂੰ ਕਹਿੰਦਾ ਨਾ ਬੀਤ ਬਲਜੀਤ ਨਾਲ ਪੜਿਆ, ਠੀਕ ਆ ਭਰਾ ਸਾਡਾ, ਸਤਨਾਮ ਸਤਨਾਮ ਵੀਰ, ਠੀਕ ਹੈ ਨਾ। ਮੇਰਾ ਨਾਂ ਅਨਮੋਲ ਆ ਕਿਸੇ ਗਲਤ ਬੰਦੇ ਦੀ ਸਪੋਰਟ ਨਹੀਂ ਕੀਤੀ, ਜਿਹਨੂੰ ਕੀਤੀ ਆ ਤਾਂ ਦਿਲੋਂ ਕੀਤੀ ਆ। ਬੀਤ ਬਲਜੀਤ ਬਾਈ ਵੀ ਭਾਵੇਂ ਚਾਹੇ ਵੀਡੀਓ ਦੇਖੇ, ਇਸ ਇਨਸਾਨ ਨੂੰ ਪਛਾਣੂਗਾ ਕਿ ਹਾਂ ਅਸੀਂ ਇਕੱਠੇ ਪੜ੍ਹੇ ਆ। ਬਾਈ ਇੱਕੋ ਗੱਲ ਦਾ ਦੁੱਖ ਆ ਕਿ ਤੂੰ ਯਾਰ ਆਪਣੇ ਮਾਂ ਪਿਓ ਨੂੰ ਤਾਂ ਕੀ ਰਿਸਪੈਕਟ ਦੇਣੀ ਯਾਰ, ਕਿਸੇ ਦੇ ਨੂੰ ਤਾਂ ਦੇ ਲਾ। ਤੂੰ ਸਿੰਗਰ ਆ, ਇੱਕ ਵੱਡਾ ਬਹੁਤ ਵੱਡਾ ਸਿੰਗਰ ਆ, ਤੈਨੂੰ ਫੋਲੋ ਕਰਦੀ ਜਨਤਾ, ਫੋਲੋ ਕਰਦੀ ਤੂੰ ਯਾਰ। ਥੋੜਾ ਕਹਿ ਕੇ ਕਿਹੜੀ ਲੈਂਗੁਏਜ ਵਰਤਣ ਡਿਆ, ਮੈਨੂੰ ਇਸ ਗੱਲ ਦਾ ਜਵਾਬ ਦੇ, ਕਿੱਥੇ ਪੜਿਆ ਤੂੰ, ਮੈਨੂੰ ਇਸ ਗੱਲ ਦਾ ਜਵਾਬ ਦੇ ਯਾਰ। ਬਹੁਤ ਵੱਡਾ ਕਰਕੇ ਆਪਣੀ ਇਨਸਲਟ ਕਰ ਰਹੇ, ਠੀਕ ਹੈ ਚੱਲ। ਬਾਕੀ ਦੂਜੀ ਗੱਲ, 2 ਕਰੋੜ ਤੇ ਰਿਪਲਾਈ ਦੇ ਦੇ ਵੀਰੇ, ਬਸ 2 ਕਰੋੜ ਦਾ ਰਿਪਲਾਈ ਮੰਗ ਰਿਹਾ। ਸਾਡੀ ਵੀਡੀਓ ਦੁਬਾਰਾ ਆਊਗੀ, ਠੀਕ ਹੈ, ਬਸ ਇਹ ਵੀਡੀਓ ਦਾ ਰਿਪਲਾਈ ਜ਼ਰੂਰ ਦੇਵੀਂ ਜਦੋਂ ਤੇਰਾ ਰਿਪਲਾਈ ਆ ਗਿਆ ਨਾ, 2 ਘੰਟਿਆਂ ਬਾਅਦ ਵੀਡੀਓ ਅਪਲੋਡ ਹੋ ਗਈ, ਚਾਹੇ ਸਾਨੂੰ ਕੰਮ ਤੋਂ ਛੁੱਟੀ ਕਰਨੀ ਪਵੇ। ਬਾਕੀ ਪਿੰਦੇ ਵੀਰੇ ਵੱਲੋਂ ਤੂੰ ਗੱਲ ਸੁਣ ਲੈ, ਕੋਈ ਪਿੰਦੇ ਵੀਰੇ ਕੋਈ ਮੈਸੇਜ ਦੇਣਾ ਹੋਵੇ ਇਹਨੂੰ ਦੱਸ ਦੇ ਕਿ 2 ਕਰੋੜ ਦਾ ਰਿਪਲਾਈ ਕਿਉਂ ਨਹੀਂ ਆਇਆ ਅਜੇ ਤੱਕ। ਠੀਕ ਹੈ ਠੀਕ ਹੈ, ਨਾਲੇ ਆਪਾਂ ਨਸ਼ਾ ਸਪੋਰਟ ਨੀ ਕਰਦੇ ਵੀਰੇ, ਨਸ਼ਾ ਸਪੋਰਟ ਨੀ ਕਰਦੇ। ਬਸ ਬਸ ਜਦੋਂ ਮਰਜ਼ੀ ਮੰਨ ਲਈ ਆ,
ਸਿੰਗਰ ਬੰਦਾ ਕਦੇ ਵੀ ਨਸ਼ੇ ਨੂੰ ਸਪੋਰਟ ਨਹੀਂ ਕਰਦਾ ਸਿੰਗਰ ਬੰਦਾ ਕਦੇ ਨਸ਼ੇ ਨੂੰ ਸਪੋਰਟ ਨਹੀਂ ਕਰਦਾ ਇੱਕ ਗੱਲ ਦਾ ਇਹਨੂੰ ਜਵਾਬ ਦੇ ਤੂੰ ਕਹਿ ਰਿਪਲਾਈ ਕਰਨਾ ਹੈ ਨਾ ਮੇਰਾ ਨਾਂ ਦੱਸ ਦੇ ਇਹਨਾਂ ਨੂੰ ਕੀ ਆ ਤੂੰ ਕਹਿ ਰਿਪਲਾਈ ਕਰਦੀ ਜਦੋਂ ਮਰਜ਼ੀ ਆਪਾਂ ਬੈਠੇ ਆ ਤੇਰੀ ਸਪੋਰਟ ਫੁੱਲ ਸਪੋਰਟ ਕਰਦੇ ਬਾਈ ਮੇਰੀ ਮਾਸੀ ਦਾ ਮੁੰਡਾ ਜਸਵੀਰ ਆ ਏ ਬਾਈ ਆਪਾਂ ਫੁੱਲ ਖੜੇ ਮੈਂ ਤਾਂ ਕਹਿੰਦਾ ਜੀ ਆਇਆਂ ਨੂੰ ਬਾਈ 38ਵਾਂ ਫਲੋਰ ਕਹੀ ਇੱਕ ਵਾਰੀ ਮੜਾ ਜਾ 38ਵਾਂ ਫਲੋਰ ਭਾਵੇਂ ਤੇਰਾ 34ਵਾਂ ਫਲੋਰ ਆ ਤੂੰ ਰੱਬ ਦੇ ਥੱਲੇ ਆ ਜੇ ਵੀਰੇ ਇੱਕ ਗੱਲ ਦਾ ਮੈਂ ਜਵਾਬ ਦਊਂਗਾ ਜਿਹੜੇ ਤੂੰ 36ਵੇਂ ਫਲੋਰ ਦੀ ਗੱਲ ਕੀਤੀ ਸੀ ਨਾ ਤੈਨੂੰ ਉੱਥੇ ਬਿਠਾਉਣ ਵਾਲੇ ਵੀ ਅਸੀਂ ਆ ਤੇ ਤੈਨੂੰ ਲਾਉਣ ਵਾਲੇ ਵੀ ਅਸੀਂ ਆ ਠੀਕ ਆ ਅਸੀਂ ਇਹ ਨਹੀਂ ਮਾਣ ਨਹੀਂ ਕਰਦੇ ਉਹ ਪਰਮਾਤਮਾ ਬੈਠਾ ਆ ਠੀਕ ਆ ਤੇਰੇ ਤੇ ਕਿਰਪਾ ਕੀਤੀ ਪਰਮਾਤਮਾ ਨੇ ਤੂੰ 36ਵੇਂ ਫਲੋਰ ਤੇ ਬਹਿ ਗਿਆ ਚੱਲ ਬਾਕੀ ਠੀਕ ਆ ਮੇਰਾ ਵੀਰ ਨਹਾ ਲਿਆ ਕਰ ਠੀਕ ਆ ਚੱਲ ਓਕੇ ਮੇਰਾ ਵੀਰ ਪਿੰਦੇ ਵੀਰ ਲੋ ਚੁੱਪ ਇਹ ਪਤਾ ਨੀ ਕੀ ਕਰਦਾ ਬਾਂਦਰ ਆ ਇਹ ਬਾਂਦਰ ਸੀਗਾ ਪਹਿਲਾਂ ਬਾਂਦਰ ਸੀਗਾ ਠੀਕ ਹੈ ਬਾਂਦਰ ਸੀਗਾ ਪਹਿਲਾਂ ਪਛਾਣ ਲਿਆ ਕਿ ਨਹੀਂ ਬਸ ਵਧੀਆ 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 ਮੇਰੇ ਵੀਰੇ ਮੈਂ ਕਿਹਾ ਪਛਾਣ ਲਿਆ ਨੀ ਗੱਲ ਸਿਰਫ ਇੱਕੋ ਗੱਲ ਕੀਤੀ ਉਹਨੂੰ ਐਂਡੀ ਨੂੰ ਕਿ ਦੋ ਕਰੋੜ ਤੇ ਰਿਪਲਾਈ ਦੇ ਬਸ ਦੋ ਕਰੋੜ ਤੇ ਰਿਪਲਾਈ ਚਾਹੀਦਾ ਆਇਆ ਨੀ ਅਜੇ ਤੱਕ ਵਧੀਆ ਰਹੇਗਾ ਮੂੰਹ ਹੱਥ ਫੇਰਨ ਦੀ ਲੋੜ ਨਹੀਂ ਇੱਕ ਗੱਲ ਹੋ ਰਿਹਾ ਹੁਣ ਇਹ ਨਾ ਕਹੀ ਕਿ ਬਾਈ ਫੋਨ ਨੀ ਚੱਕਦੇ ਤੇਰੇ ਸਾਹਮਣੇ ਅਨਨੋਨ ਨੰਬਰ ਤੋਂ ਫੋਨ ਕੀਤਾ ਪਹਿਲੀ ਕਾਲ ਪਿੱਕ ਹੋਈ ਆ ਜਦੋਂ ਮਰਜ਼ੀ ਕਾਲ ਕਰ ਲੈ ਚੱਲ ਮੇਰਾ ਵੀਰ ਓਕੇ ਬਾਏ ਟੇਕ ਕੇਅਰ ਸੁਣ ਲਾ ਚੱਲ ਐਨੀ ਟਾਈਮ ਮਤਲਬ ਸਮਝਦਾ ਨਾ ਤੂੰ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ ਪਰਮੇਸ਼ ਵਰਮਾ ਨੇ ਵੀ ਕਿਹਾ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ ਸਾਰੇ ਨਾਮ ਬੋਲਿਆ ਸੋ ਜਾ ਬਾਂਦਰਾ ਸੋ ਜਾ ਬਾਂਦਰਾ।